ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਜ਼ਿਲ੍ਹੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਕਾਰਨ ਕਾਂਗਰਸ ਪਾਰਟੀ ਵਿੱਚ ਪੈਂਦਾ ਹੋਇਆ ਕਾਟੋ ਕਲੇਸ਼ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ। ਕਾਂਗਰਸ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਫੁੱਟ ਦਾ ਲਾਵਾ ਹੁਣ ਬਾਹਰ ਆਉਣਾ ਸ਼ੁਰੂ ਹੋ ਗਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਕੀਤੀ ਗਈ ਸਫਲਤਾਪੂਰਵਕ ਰੈਲੀ ਤੋਂ ਬਾਅਦ ਇਹ ਕਲੇਸ਼ ਹੋਰ ਤੇਜ਼ ਹੋ ਗਿਆ। ਇਸ ਰੈਲੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਲੋਕਾਂ ਨੇ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਦੀ ਮੰਗ ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਠੰਡੇ ਹੋਣ ਦੀ ਬਜਾਏ ਗਰਮ ਜੋਸ਼ੀ ਨਾਲ ਅੱਗੇ ਵੱਧ ਰਹੇ ਨੇ ਅਤੇ ਉਹਨਾਂ ਹੁਣ 7 ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਵਿੱਚ ਰੈਲੀ ਰੱਖ ਦਿੱਤੀ ਹੈ। ਦੂਜੇ ਪਾਸੇ ਬਠਿੰਡਾ ਦੇਹਾਤੀ ਹਲਕੇ ਦੇ ਕਰੀਬ 3 ਦਰਜਨ ਸਰਪੰਚਾਂ, ਕੌਂਸਲਰਾਂ, ਸਾਬਕਾ ਚੇਅਰਮੈਨਾਂ, ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਵਾਦ ਸਿੰਘ ਜਟਾਣਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਪਿੰਡ ਕੋਟ ਸ਼ਮੀਰ ਦੀ ਨਗਰ ਕੌਂਸਲ ਦੇ ਕੌਂਸਲਰ ਚਾਨਣ ਸਿੰਘ ਅਤੇ ਕਾਂਗਰਸ ਦੇ ਸਾਬਕਾ ਸਪੋਕਸਮੈਨ ਮਨਜੀਤ ਸਿੰਘ ਕੋਟ ਫੱਤਾ ਨੇ ਦੋਸ਼ ਲਾਇਆ ਕਿ ਖੁਸ਼ਵਾਜ ਜਟਾਲਾ ਨੇ ਕਾਂਗਰਸ ਹਾਈਕਮਾਂਡ ਨੂੰ ਗੁੰਮਰਾਹ ਹੀ ਨਹੀਂ ਕੀਤਾ, ਸਗੋਂ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਟ ਸ਼ਮੀਰ ਰੈਲੀ ਨੂੰ ਲੈ ਕੇ 2 ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਵਾਜ ਸਿੰਘ ਜਟਾਣਾ ਨੇ ਪ੍ਰੈਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਰੈਲੀ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਨੇ ਅਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਹੋਇਆ। ਜਟਾਣਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਸਖ਼ਤ ਰੋਸ ਪੈਦਾ ਹੋ ਗਿਆ ਅਤੇ ਇਹ ਮਾਮਲਾ ਪੰਜਾਬ ਕਾਂਗਰਸ ਦੇ ਇੰਚਾਰਜ ਕੋਲ ਪਹੁੰਚ ਗਿਆ। ਦੱਸਿਆ ਜਾਂਦਾ ਕਿ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਵੱਲੋਂ ਜ਼ਿਲ੍ਹਾ ਪ੍ਰਧਾਨ ਤੋਂ ਜਵਾਬ ਤਲਬੀ ਕੀਤੀ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਲਿਖੇ ਪੱਤਰ ਵਿੱਚ ਖੁਸ਼ਵਾਦ ਜਟਾਲਾ ਉੱਪਰ ਗੰਭੀਰ ਦੋਸ਼ ਲਾਏ ਗਏ ਨੇ। ਪੱਤਰ ਵਿੱਚ ਕਿਹਾ ਗਿਆ ਕਿ ਜਟਾਣਾ ਦਾ ਪਿੰਡ ਜ਼ਿਲ੍ਹਾ ਮੁਕਤਸਰ ਵਿੱਚ ਪੈਂਦਾ ਹੈ, ਪਰ ਇਸ ਦੇ ਬਾਵਜੂਦ ਉਸਨੂੰ ਜ਼ਿਲ੍ਹਾ ਬਠਿੰਡਾ ਦੇਹਾਤੀ ਦਾ ਪ੍ਰਧਾਨ ਲਗਾਇਆ ਗਿਆ। ਉਹਨਾਂ ਪੱਤਰ ਵਿੱਚ ਕਿਹਾ ਕਿ ਜਟਾਣਾ ਉੱਪਰ ਕਈ ਅਪਰਾਧਿਕ ਮਾਮਲੇ ਚੱਲ ਰਹੇ ਨੇ। ਉੱਥੇ ਹੀ ਰਿਫਾਈਨਰੀ ਵਿੱਚੋਂ ਕਰੋੜਾਂ ਰੁਪਏ ਦਾ ਟੈਕਸ ਵਸੂਲੇ ਜਾਣ ਦੇ ਮਾਮਲੇ ਦੀ ਜਟਾਣਾ ਖਿਲਾਫ਼ ਵਿਜੀਲੈਂਸ ਜਾਂਚ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਅਸਲ ਵਿੱਚ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਏ ਜਾਣ ਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨਾ ਚਾਹੁੰਦੇ ਸਨ, ਜਿਸ ਲਈ ਇਹ ਮਿਲਣੀ ਪੰਜਾਬ ਕਾਂਗਰਸ ਦੇ ਝੰਡੇ ਹੇਠ ਹੀ ਰੱਖੀ ਗਈ ਹੈ। ਉਹਨਾਂ ਕਿਹਾ ਕਿ ਖਜ਼ਵਾਤ ਜਟਾਣਾ ਵੱਲੋਂ ਜਿੱਥੇ ਹਾਈਕਮਾਂਡ ਕੋਲ ਝੂਠ ਬੋਲਿਆ ਗਿਆ, ਉੱਥੇ ਹੀ ਉਸ ਵੱਲੋਂ ਰੈਲੀ ਨੂੰ ਸਾਬੋਤਾਜ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਆਓ ਸੁਣਾਉਣੇ ਪੂਰੀ ਖਬਰ। ਲੜੀ ਜੀ, ਇਹ ਜਿਹੜੀ ਕੱਲ ਰੈਲੀ ਹੋ ਰਹੀ ਹੈ, ਜਿਸ ਨੂੰ ਲੈ ਕੇ ਪਹਿਲਾਂ ਹੀ ਕਾਟੋ ਕਲੇਸ ਪੈ ਗਿਆ, ਕੀ ਕਾਰਨ ਨੇ? ਸਿੱਧੂ ਸਾਹਿਬ ਕੋਲੇ ਕੋਟਸ਼ਪੀਰ ਪਿੰਡ ਦੇ ਬੰਦੇ ਤੇ ਹੋਰ ਲੋਕ ਇਕੱਠੇ ਹੋ ਕੇ ਗਏ ਸੀ ਤੇ ਕੋਟਸ਼ਪੀਰ ਸਮੇਂ ਦੱਸਦੇ ਆ ਵੀ ਕੋਟਸ਼ਪੀਰ ਪਿੰਡ ਦੇ 70% ਲੋਕਾਂ ਨੇ ਅੰਮ੍ਰਿਤ ਛਕਿਆ ਹੋਇਆ ਔਰ ਇਹ ਸਿੱਧੂ ਸਾਹਿਬ ਦਾ ਧੰਨਵਾਦ ਕਰਨ ਗਏ ਸੀ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਸੀਂ ਖੁਲਵਾਇਆ ਗਾ ਵੀ ਅਸੀਂ ਤੁਹਾਡੇ ਕੋਲੇ ਧੰਨਵਾਦ ਕਰਨ ਵਾਸਤੇ ਆਉਣਾ ਚਾਹੁੰਦੇ ਹਾਂ। ਸਿੱਧੂ ਸਾਹਿਬ ਕਹਿੰਦੇ ਵੀ ਠੰਡ ਦੀ ਰੁੱਤ ਆ, ਤੁਸੀਂ ਆਓਗੇ ਮੈਂ ਹੀ ਤੁਹਾਡੇ ਕੋਲੇ ਆ ਜਾਣਾਗਾ ਤੇ ਉਹਨਾਂ ਨੇ ਸਾਰਾ ਪ੍ਰਬੰਧ ਪਿੰਡ ਦੇ ਲੋਕਾਂ ਨੇ ਸਾਰਾ ਕਰ ਰਹੇ ਆ, ਪਰ ਕੁਛ ਲੋਕਾਂ ਦੇ ਢਿੱਡ ਪੀੜ ਹੋ ਰਹੀ ਆ, ਉਹ ਜਿਨ੍ਹਾਂ 'ਤੇ ਪਰਚੇ ਵੀ ਹੈਗੇ ਆ, ਪਰਚੇ ਹੁਣ ਜਾ ਵੀ ਰਹੇ ਆ ਵੀ ਇਹ ਇਕੱਠ ਕਿਉਂ ਹੋ ਰਿਹਾ। ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ, ਸਾਰਾ ਪੰਜਾਬ ਵੀ ਸਿੱਧੂ ਸਾਹਿਬ ਨੂੰ ਪਿਆਰ ਕਰਦਾ ਗਾ, ਇਸ ਕਰਕੇ ਸਿੱਧੂ ਸਾਹਿਬ ਜਿੱਥੇ 10 ਵਰਕਰ ਵੀ ਕਾਂਗਰਸ ਦੇ ਬੁਲਾਉਣਗੇ ਸਿੱਧੂ ਸਾਹਿਬ 'ਤੇ, ਅਸੀਂ ਉੱਥੇ ਵੀ ਜਾਵਾਂਗੇ। ਸਾਨੂੰ ਇਹ ਦਰਦ ਕਿਹੜੇ ਲੋਕਾਂ ਦੇ ਹੋ ਰਿਹਾ, ਕੋਈ ਲੀਡਰਾਂ ਦੇ ਹੋ ਰਿਹਾ ਜਾਂ ਕੋਈ ਤੁਹਾਡੇ ਅਹੁਦੇਦਾਰਾਂ ਦੇ ਹੋ ਰਿਹਾ? ਦੇਖੋ, ਉਹਦਾ ਜਵਾਬ ਕੱਲ ਸਾਡੇ ਸਰਪੰਚਾਂ ਨੇ, ਲਗਭਗ 60-70 ਸਰਪੰਚ ਸੀਗੇ
ਜਿਨ੍ਹਾਂ ਨੇ ਉਹਦਾ ਜਵਾਬ ਕੱਲ੍ਹ ਪ੍ਰੈਸ ਦੇ ਵਿੱਚ ਦਿੱਤਾ ਗਾ ਔਰ ਉਹਨਾਂ ਨੇ ਇਹ ਖੜਗੇ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਔਰ ਜਿਹੜੇ ਸਾਡੇ ਜਿਹੜੇ ਇੰਚਾਰਜ ਨੇ ਜਾਦਵ ਸਾਹਿਬ ਨੂੰ ਵੀ ਲਿਖੀ ਆ ਔਰ ਪਾਰਟੀ ਪ੍ਰਧਾਨ ਨੂੰ ਵੀ ਚਿੱਠੀ ਲਿਖੀ ਆ। ਹਾਂਜੀ, ਉਹ ਡਿਮਾਂਡ ਕੀਤੀ ਹੈ ਜੀ, ਉਹਨਾਂ ਨੇ ਡਿਮਾਂਡ ਕੀਤੀ ਹੈ ਵੀ ਜਿਨ੍ਹਾਂ ਬੰਦਿਆਂ ਦੇ ਪੇਟ 'ਚ ਦਰਦ ਹੁੰਦਾ ਵੀ ਕਿਉਂ ਕਾਂਗਰਸ ਇਕੱਠੇ ਹੁੰਦੇ ਵੀ ਉਹਨਾਂ ਉਹੋ ਜਿਹੇ ਬੰਦਿਆਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ, ਉਹਨਾਂ 'ਤੇ ਬਹੁਤ ਪਰਚੇ ਦਰਜ ਆ ਔਰ ਉਹੋ ਜਿਹੇ ਬੰਦਿਆਂ ਨੂੰ ਪਾਰਟੀ ਵਿੱਚ ਉਹ ਪਾਰਟੀ ਦੇ ਅਤੇ ਪੰਜਾਬ ਦੇ ਬਠਿੰਡੇ ਦੇ ਮੱਥੇ 'ਤੇ ਕਲੰਕ ਆ, ਬਾਹਰਲੇ ਜਿਹੜੇ ਦੇ ਉਹ ਬੰਦੇ ਆ। ਲੇਕਿਨ ਜਿਹੜੀ ਸਰਪੰਚਾਂ ਦੇ ਉੱਪਰ ਵੀ ਉਹਨਾਂ ਨੇ ਵੀ ਜਿਹੜੀ ਕਾਰਵਾਈ ਕਰਨ ਦੇ ਲਈ ਜਿਹੜਾ ਉਹ ਕੀਤਾ ਹੋਇਆ ਕਿ ਵੀ ਆਪਦੇ ਵੱਲੋਂ ਉਹਨਾਂ ਨੇ ਜਿਹੜਾ ਇੱਕ ਨੋਟਿਸ ਕੱਢਿਆ ਹੋਇਆ, ਸਰਪੰਚਾਂ ਨੇ ਨੋਟਿਸ ਕੱਢਿਆ ਜੀ ਵੀ ਜੇ ਮੈਨੂੰ ਪਾਰਟੀ ਵਿੱਚੋਂ ਕੱਢਿਆ, ਜੇ ਹਰਵਿੰਦਰ ਸਿੰਘ ਲਾਡੀ ਨੂੰ ਪਾਰਟੀ 'ਚੋਂ ਕੱਢਿਆ ਤਾਂ ਕੋਈ ਚਿੱਠੀ ਦਿਖਾ ਦੇਣ। ਇਹ ਮੇਰੇ ਕੋਲ ਕੋਈ ਚਿੱਠੀ ਅੱਜ ਤੱਕ ਨਹੀਂ ਆਈ, ਕੋਈ ਕਿਸੇ ਮੀਡੀਆ 'ਚ ਨਹੀਂ ਆਇਆ, ਕਿਸੇ ਸੋਸ਼ਲ ਮੀਡੀਆ 'ਚ ਨਹੀਂ ਆਇਆ। ਹੁਣ ਇਹ ਬੈਕ ਡੇਟ 'ਚ ਜੇ ਕੁਛ ਕਰਦੇ ਆ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਗਾ। ਪਰ ਜਦੋਂ ਵੀ ਕਿਸੇ ਨੂੰ ਕੱਢਿਆ ਜਾਂਦਾ ਗਾ ਉਹਦਾ ਇਹ ਇੱਕ ਨਿਊਜ਼ ਬਣਾ ਕੇ ਮੀਡੀਆ ਨੂੰ ਦਿੰਦੇ ਆ, ਮੀਡੀਆ 'ਚ ਆਉਂਦੀ ਆ। ਮੈਂ ਤਾਂ ਹਲਕਾ ਇੰਚਾਰਜ ਆ, ਮੇਰੀ ਤਾਂ ਆਉਣੀ ਚਾਹੀਦੀ ਸੀ ਜੇ ਮੈਨੂੰ ਕੱਢਿਆ ਸੀ ਤਾਂ। ਨਾ ਮੈਨੂੰ ਕੋਈ ਰਜਿਸਟਰੀ ਆਈ ਆ, ਨਾ ਮੈਨੂੰ ਕੋਈ ਸੋਸ਼ਲ ਮੀਡੀਆ 'ਤੇ ਆਇਆ, ਨਾ ਮੈਨੂੰ ਕੋਈ ਮੈਸੇਜ ਲੱਗਿਆ ਇਹਨਾਂ ਦਾ। ਅਤੇ ਇਸ ਕਰਕੇ ਮਤਲਬ ਕਿ ਇਹਨਾਂ ਨੂੰ ਜਿਹੜਾ ਆਪਦਾ ਬਿਆਨ ਆ ਜਿਹੜਾ ਦਿੱਤਾ ਗਾ ਖੁਸ਼ਵਾ ਚੜ੍ਹਾ, ਇਹਨੂੰ ਵਾਪਸ ਲੈਣਾ ਚਾਹੀਦਾ ਗਾ। ਔਰ ਨਹੀਂ ਜਿਹੜਾ ਸਰਪੰਚ ਆ ਇਹਦੇ 'ਤੇ ਮਾਨਹਾਨੀ ਦਾ ਕੇਸ ਚੋਰਨ ਕਿਉਂ ਕਰਨਗੇ। ਕੱਲ੍ਹ ਤੋਂ ਬਾਅਦ ਕੀ ਐਕਸ਼ਨ ਰਹੇਗਾ ਤੁਹਾਡਾ ਇਸ ਚੀਜ਼ ਨੂੰ ਲੈ ਕੇ? ਅਸੀਂ ਇਸੇ ਤਰ੍ਹਾਂ ਹੀ ਨਵਜੋਤ ਸਿੱਧੂ ਦੇ ਨਾਲ ਰੈਲੀਆਂ ਕਰਦੇ ਰਹਾਂਗੇ। ਅਗਲੀ ਰੈਲੀ ਅਸੀਂ 9 ਤਰੀਕ ਦੀ ਹੁਸ਼ਿਆਰਪੁਰ ਰੱਖੀ ਵੀ ਆ, 21 ਤਰੀਕ ਦੀ ਅਸੀਂ ਮੋਗੇ ਰੱਖੀ ਆ, ਔਰ ਉਸ ਤੋਂ ਬਾਅਦ ਅਸੀਂ ਰੱਖ ਰਹੇ ਹਾਂ ਰੈਲੀ ਫਿਰੋਜ਼ਪੁਰ ਜ਼ਿਲ੍ਹੇ 'ਚ ਰੱਖ ਰਹੇ ਹਾਂ, ਸ਼ਾਇਦ ਅਸੀਂ ਆਪਣੇ ਜ਼ਿਲ੍ਹੇ ਰੱਖੀਏ ਰੈਲੀ। ਅਤੇ ਅਸੀਂ ਇਸੇ ਤਰ੍ਹਾਂ ਹੀ ਆਪਦੀਆਂ ਕਾਂਗਰਸ ਨੂੰ ਮਜ਼ਬੂਤ ਕਰਦੇ ਰਵਾਂਗੇ। ਸਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਨਜੀਤ ਸਿੰਘ ਕੋਟਫਤਾ ਜੀ। ਮਨਜੀਤ ਜੀ, ਜਿਸ ਤਰ੍ਹਾਂ ਕੱਲ੍ਹ ਸਾਰੇ ਜਿਹੜਾ ਪੰਚਾਂ ਸਰਪੰਚਾਂ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਹੈ ਅਤੇ ਉਸ ਦੇ ਉੱਪਰ ਜਿਹੜਾ ਲੈਟਰ ਲਿਖ ਕੇ ਭੇਜਿਆ ਗਿਆ, ਕੀ ਮਾਮਲਾ ਜੀ ਉਹ ਅਤੇ ਕਿਹੜੀ ਕਿਸ ਤਰ੍ਹਾਂ ਦੀ ਰੈਲੀ ਹੋ ਰਹੀ ਹੈ? ਦੇਖੋ, ਨਾਰਾਜ਼ਗੀ ਵਰਕਰਾਂ ਵੱਲੋਂ ਪ੍ਰਗਟ ਕੀਤੀ ਗਈ ਆ, ਉਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤੇ ਗਿਆ ਉਹ ਬਿਆਨਾਂ 'ਤੇ ਇਤਰਾਜ਼ ਜਤਾਇਆ ਗਿਆ, ਕਿਉਂਕਿ ਉਹ ਬੇਤੁਕੇ ਬਿਆਨ ਨੇ, ਬਿਨਾਂ ਪ੍ਰੂਫ ਤੋਂ ਬਿਆਨ ਨੇ। ਸੋ ਕਾਂਗਰਸ ਦੇ ਝੰਡੇ ਹੇਠ ਅਸੀਂ ਰੈਲੀ ਕਰ ਰਹੇ ਹਾਂ। ਹਾਂ, ਹੋ ਸਕਦਾ ਕਿਸੇ ਨੂੰ ਇਤਰਾਜ਼, ਪਰ ਸਾਡੇ ਲੀਡਰ ਸਰਦਾਰ ਨਵਜੋਤ ਸਿੰਘ ਜੀ ਨੂੰ ਕਿਸੇ ਨੇ ਕੋਈ ਇਤਰਾਜ਼ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਸਾਡੇ ਲਈ ਉਹ ਬਹੁਤ ਮੁਕੱਦਸ ਇਨਸਾਨ ਨੇ, ਕਿਉਂਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਅਸੀਂ ਉਹਨਾਂ ਦਿਲੋਂ ਸਤਿਕਾਰ ਕਰਦੇ ਹਾਂ, ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵੀ ਲੋਕ ਸਤਿਕਾਰ ਕਰਦੇ ਨੇ। ਸੋ ਅਸੀਂ ਇਸ ਰੈਲੀ ਨੂੰ ਕਾਮਯਾਬ ਕਰਨਾ, ਅਤੇ ਹਰ ਵਰਕਰ ਲੱਗਿਆ ਹੋਇਆ ਇਸ ਨਗਰ ਦਾ, ਇਸ ਹਲਕੇ ਦਾ, ਇਸ ਜ਼ਿਲ੍ਹੇ ਦਾ। ਤਲਵੰਡੀ ਹਲਕੇ 'ਚ ਵੀ ਲੋਕਾਂ ਦੇ ਫੋਨ ਆ ਰਹੇ ਆ ਆਉਣ ਲਈ, ਪੁੱਛੋ ਤੋਂ ਵੀ ਆ ਰਿਹਾ, ਮੌੜ ਤੋਂ ਵੀ ਆ ਰਿਹਾ। ਬਹੁਤ ਵੱਡੀ ਗਿਣਤੀ 'ਚ ਲੋਕ ਆ ਰਹੇ ਆ ਨਵਜੋਤ ਸਿੰਘ ਸਿੱਧੂ ਜੀ ਨੂੰ ਸੁਣਨ। ਕਾਂਗਰਸ ਦੇ ਝੰਡੇ ਹੇਠ ਨਵਜੋਤ ਸਿੰਘ ਸਿੱਧੂ ਜੀ ਰੈਲੀ ਕਰ ਰਹੇ ਆ, ਕਾਂਗਰਸ ਦੇ ਵਰਕਰ ਹੀ ਕਰਵਾ ਰਹੇ ਆ। ਸੋ ਇੱਥੇ ਇਸ ਤਰ੍ਹਾਂ ਦਾ ਕੋਈ ਬਾਣੀ, ਹਾਂ ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ, ਕੋਈ ਸਾਡੇ ਇਤਰਾਜ਼ ਕਰਦਾ, ਕੋਈ ਸਾਡੇ ਦੇ ਬਿਆਨ ਦਾ ਦੇਈ ਜਾਵੇ, ਉਹਦੀ ਮਾਨਸਿਕਤਾ, ਉਹਦੀ ਛੋਟੀ ਸੋਚ ਹੈ। ਤੁਹਾਡੇ ਦਿਹਾਤੀ ਵਾਲੇ ਪ੍ਰਧਾਨ ਨੂੰ ਕੀ ਨਾਰਾਜ਼ਗੀ ਹੈ ਜ਼ਿਲ੍ਹਾ ਪ੍ਰਧਾਨ ਨੂੰ, ਜਿਹੜਾ ਉਹ ਤੁਹਾਡੇ ਖਿਲਾਫ ਮਤਲਬ ਉਹਨੇ ਉਹ ਵੀ ਕੀਤੀ ਹੈ ਸ਼ਿਕਾਇਤ? ਦੇਖੋ, ਵੈਸੇ ਤਾਂ ਉਹੀ ਦੱਸ ਸਕਦੇ, ਪਰ ਕਈ ਵਾਰ ਸਾਨੂੰ ਇਹ ਹੁੰਦਾ ਵੀ ਅਸੀਂ ਇਨਸਕਿਓਰ ਫੀਲ ਕਰਦੇ ਹਾਂ ਕਿ ਸਾਡੇ ਹਲਕੇ ਜਾਂ ਸਾਡੇ ਜ਼ਿਲ੍ਹੇ 'ਚ ਸਭ ਤੋਂ ਵੱਡੇ ਕੱਦ ਦਾ ਕੋਈ ਨੇਤਾ ਨਾ ਹੋਵੇ। ਠੀਕ ਹੈ ਜੀ, ਨਵਜੋਤ ਸਿੰਘ ਸਿੱਧੂ ਜੀ ਦਾ ਆਉਣਾ, ਲੋਕਾਂ ਦਾ ਪਿਆਰ, ਹਰਵਿੰਦਰ ਸਿੰਘ ਲਾਡੀ ਜੀ ਦੀ ਪਿਆਰ, ਸਾਡੇ ਪੰਚਾਂ ਸਰਪੰਚਾਂ ਲਈ ਲੋਕਾਂ ਦਾ ਪਿਆਰ, ਸਾਡੇ ਲੀਡਰ ਲਈ ਲੋਕਾਂ ਦਾ ਪਿਆਰ ਜੇ ਲੋਕਾਂ ਦਾ ਮਿਲ ਰਿਹਾ ਤਾਂ ਸ਼ਾਇਦ ਕਿਤੇ ਨਾ ਕਿਤੇ ਇਨਸਕਿਓਰਿਟੀ ਫੀਲ ਹੁੰਦੀ ਆ ਕਿ ਸ਼ਾਇਦ ਸਾਡਾ ਕੱਦ ਬਾਉਣਾ ਨਾ ਹੋ ਜੇ ਇਸ ਜਗ੍ਹਾ 'ਤੇ। ਪਰ ਅਸੀਂ ਸਭ ਨੂੰ ਫਿਰ ਵੀ ਪ੍ਰਧਾਨ ਜੀ ਦੀ ਜਿੱਦ ਵੀ ਹੁੰਦੀ ਆ, ਪੰਜਾਬ ਪ੍ਰਧਾਨ ਦੀ, ਪੰਜਾਬ ਇੰਚਾਰਜ ਦੀ, ਬਾਜਵਾ ਸਾਹਿਬ ਦੀ, ਅਤੇ ਨਵਜੋਤ ਸਿੰਘ ਸਿੱਧੂ ਜੀ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ। ਸਾਡੇ ਲੀਡਰ ਨੇ ਸਾਡੇ ਲਈ ਲਾਂਘਾ ਖੁਲਵਾਇਆ। ਸੋ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਕਾਮਯਾਬ ਕਰਨਾ ਅਸੀਂ ਦਿਨ ਰਾਤ ਕਰ ਰਹੇ ਹਾਂ। ਵਰਕਰ ਰੈਲੀ ਕਰ ਰਹੇ ਨੇ, ਵਰਕਰ ਹੀ ਕਾਮਯਾਬ ਕਰਨੇ, ਅਤੇ ਕੱਲ੍ਹ ਨੂੰ ਪਾਰਟੀ ਨੂੰ ਵੋਟਾਂ ਵੀ ਵਰਕਰ ਨੇ ਪਾਉਣੀਆਂ। ਇਹ ਨਹੀਂ ਲੱਗਦਾ ਗਾ ਕਿ ਇਸ ਨਾਰਾਜ਼ਗੀ ਦੇ ਨਾਲ ਜਿਹੜਾ ਵਰਕਰਾਂ ਦੇ ਉੱਪਰ ਜਿਹੜਾ ਸਮੱਸਿਆ ਆਵੇਗੀ ਵਰਕਰਾਂ ਨੂੰ? ਦੇਖੋ, ਕਾਂਗਰਸ ਪਾਰਟੀ ਦਾ ਵਰਕਰ ਬਹੁਤ ਸਿਆਣਾ, ਉਹ ਸਮਝਦਾ ਕਿ ਕੀ ਚੰਗਾ ਕੀ ਮਾੜਾ। ਦੇਖੋ, ਬਹੁਤ ਜ਼ਿਆਦਾ ਪੱਧਰ 'ਤੇ ਜ਼ੋਰ ਲੱਗ ਰਿਹਾ, ਨਿੱਜੀ ਸੁਨੇਹੇ ਲੱਗ ਰਹੇ ਨੇ, ਫੋਨ ਜਾ ਰਹੇ ਨੇ, ਬਲਾਕ ਪ੍ਰਧਾਨ ਘਰੋਂ ਘਰੀ ਜਾ ਰਹੇ ਨੇ ਕਿ ਨਹੀਂ ਜਾਣਾ।
ਪਰ ਫਿਰ ਵੀ ਸਾਨੂੰ ਹਰ ਗੱਲ ਦੀ ਖਬਰ ਵਰਕਰ ਦੱਸ ਰਹੇ ਨੇ ਕਿ ਅਸੀਂ ਆਵਾਂਗੇ ਯਾਰ, ਇੰਨਾ ਪਿਆਰਾ ਇੰਨਾ ਵਧੀਆ ਲੀਡਰ ਆ ਰਿਹਾ ਜਿਹਨੇ ਸਾਡੇ ਲਈ ਕਰਤਾਰਪੁਰ ਸਾਹਿਬ ਲਾਂਘਾ ਖਿਲਾਤੇ, ਉਹ ਇਮਾਨਦਾਰੀ ਦੀ ਗੱਲ ਕਰ ਰਿਹਾ ਤੇ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ, ਪੰਜਾਬੀਅਤ ਦੀ ਗੱਲ ਕਰ ਰਿਹਾ। ਸੋ ਲੋਕ ਇਸ ਵਿਰੋਧ ਨਾਲ, ਮੈਂ ਕਹਿੰਦਾ ਲੋਕ ਹੋਰ ਡਬਲ ਗਿਣਤੀ ਚ ਆਉਣਗੇ। ਪਹਿਲਾਂ ਸ਼ਾਇਦ ਅਸੀਂ 5-7 ਹਜ਼ਾਰ ਦੀ ਗੱਲ ਕਰਦੇ ਸੀ, ਸ਼ਾਇਦ 10-15 ਹਜ਼ਾਰ ਬੰਦਾ ਇੱਥੇ ਇਕੱਠਾ ਹੋਊਗਾ। ਮਨਜੀਤ ਜੀ, 24 ਦੇ ਅਸਲੀ ਇਹਦਾ ਆਊਗਾ? ਦੇਖੋ, ਜੇ ਇੱਥੇ 10-12 ਹਜ਼ਾਰ ਬੰਦਾ ਇਕੱਠਾ ਹੁੰਦਾ ਕਾਂਗਰਸ ਝੰਡੇ ਹੇਠ, ਤਾਂ ਕਾਂਗਰਸ ਮਜ਼ਬੂਤ ਹੋ ਰਹੀ ਆ। ਹਾਂ, ਇਹੋ ਜਿਹੇ ਬੇਤੁਕੇ ਬਿਆਨਾਂ ਨਾਲ ਕਾਂਗਰਸ ਕਮਜ਼ੋਰ ਹੋ ਸਕਦੀ ਹੈ, ਪਰ ਜੇ ਕਾਂਗਰਸ ਦਾ ਵਰਕਰ ਆਪਦੇ ਦਮ ਤੇ 10-12 ਹਜ਼ਾਰ ਬੰਦਾ ਇਕੱਠਾ ਕਰ ਜਾਂਦਾ ਤਾਂ ਇਸ ਬਠਿੰਡਾ ਸੀਟ ਤੇ ਕਾਂਗਰਸ ਦੀ ਜਿੱਤ ਤੈਅ ਆ। ਦੇਵ ਸਿੰਘ, ਬਲਾਕ ਸੰਮਤੀ ਮੈਂਬਰ ਔਰ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਬਠਿੰਡਾ। ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਮੁੱਖ ਏਜੰਡਾ ਇਹ ਹੈ ਕਿ ਜੋ ਕੱਲ੍ਹ ਨੂੰ ਪਿੰਡ ਕੋਟ ਸ਼ਮੀਰ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਜਾ ਰਹੀ ਆ, ਅਤੇ ਉਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸੰਬੰਧ ਨਹੀਂ, ਕਿਉਂਕਿ ਪ੍ਰੋਟੋਕੋਲ ਅਨੁਸਾਰ ਨਾ ਤਾਂ ਸਾਨੂੰ ਕੋਈ ਸਟੇਟ ਵੱਲੋਂ ਮੈਸੇਜ ਲੱਗਿਆ ਪੂਰੇ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਨੂੰ, ਨਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਮੈਸੇਜ ਲੱਗਿਆ ਇਸ ਜਿਹੜੀ ਰੈਲੀ ਉਹਦੇ ਸੰਬੰਧ 'ਚ। ਸਾਡੇ ਨਾਲ ਮੌਜੂਦ ਨੇ ਕਿਰਨ, ਸਾਡੇ ਜ਼ਿਲ੍ਹਾ ਵਾਈਸ ਸੀਨੀਅਰ ਪ੍ਰਧਾਨ, ਇਹਨਾਂ ਨੂੰ ਕੋਈ ਮੈਸੇਜ ਨਹੀਂ ਲੱਗਿਆ। ਸਾਡੇ ਦੋਨਾਂ ਬਲਾਕਾਂ ਦੇ ਬਠਿੰਡਾ ਔਰ ਸੰਗਤ ਬਲਾਕ ਦੇ ਪ੍ਰਧਾਨ ਮਨਜੀਤ ਜੀ ਅਤੇ ਜਗਜੀਤ ਜੀ ਬੈਠੇ ਆ, ਨਾ ਇਹਨਾਂ ਵੱਲੋਂ ਅਤੇ ਨਾ ਹੀ ਸਾਡੇ ਵੱਖ ਵੱਖ ਪਿੰਡਾਂ ਦੇ ਸੀਨੀਅਰ ਜੋ ਕਾਂਗਰਸੀ ਆ ਉਹਨਾਂ ਨੂੰ ਕੋਈ ਪਾਰਟੀ ਵੱਲੋਂ ਮੈਸੇਜ ਆ ਵੀ ਜੋ ਜਿਹੜੀ 7 ਤਰੀਕ ਦੀ ਰੈਲੀ ਆ ਉਹ ਕਾਂਗਰਸ ਪਾਰਟੀ ਦੀ ਆ। ਅਤੇ ਇਹਦਾ ਕਾਰਨ ਇਹ ਆ ਵੀ ਜੋ ਪਾਰਟੀ ਦਾ ਪ੍ਰੋਟੋਕੋਲ ਅਨੁਸਾਰ ਸਾਨੂੰ ਮੈਸੇਜ ਲੱਗਦਾ ਉਹ ਨਹੀਂ ਲੱਗ ਰਿਹਾ। ਅਤੇ ਖਾਸ ਕਰ ਬੇਨਤੀ ਇੱਕ ਇਹ ਆ ਕਿ ਜੋ ਪਿੰਡ ਕੋਟ ਸ਼ਮੀਰ ਦੇ ਵਿੱਚ ਨਗਰ ਕੌਂਸਲ, ਉਹ ਸਾਡੀ ਕਾਂਗਰਸ ਪਾਰਟੀ ਦੀ ਆ, ਅਤੇ ਕਾਂਗਰਸ ਪਾਰਟੀ ਦੀ ਉੱਥੇ ਜੋ ਸਾਡੇ ਪ੍ਰਧਾਨ ਨੇ ਸਾਡੇ ਬਬਲਜੀਤ ਸਿੰਘ, ਇਹਨਾਂ ਦੇ ਮਾਤਾ ਜੀ ਆ, ਉਹਨਾਂ ਨੂੰ ਜਾਂ ਉੱਥੋਂ ਦੀ ਪੂਰੀ ਟੀਮ ਨੂੰ ਵੀ ਨਹੀਂ ਦੱਸਿਆ ਜਾਂਦਾ ਵੀ ਇਹ ਕਾਂਗਰਸ ਪਾਰਟੀ ਦੇ ਲਈ ਆ। ਠੀਕ ਆ, ਇਸ ਪਾਰਟੀ ਨੂੰ ਤਰੋੜਨ ਮਰੋੜਨ ਸੰਬੰਧ ਵਿੱਚ ਪਾਰਟੀ ਦਾ ਕਾਂਗਰਸ ਦਾ ਨੁਕਸਾਨ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਰੈਲੀ ਰੱਖੀ ਆ। ਅਸੀਂ ਸਮੁੱਚੇ ਕਾਂਗਰਸੀ ਬਠਿੰਡੇ ਦੇ ਬੇਨਤੀ ਕਰਦੇ ਹਾਂ, ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਿੱਧੂ ਸਾਹਿਬ, ਕਾਂਗਰਸ ਤਾਂ ਮਸਾਂ ਇਕੱਠੀ ਹੋਈ ਆ, ਅਤੇ ਜਦੋਂ ਇਕੱਠੀ ਹੋਣ ਲੱਗਦੀ ਹੈ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਜਹਾਜ਼ ਛੱਡ ਦਿੰਦੇ ਹੋ ਕਿ 2 ਫਾੜ ਹੋ ਜੇ। ਪਹਿਲਾਂ ਵੀ 2022 ਦੇ ਵਿੱਚ ਵੀ ਤੁਹਾਡੇ ਕਰਕੇ ਕਾਂਗਰਸ ਜੋ ਪੰਜਾਬ ਦੇ ਵਿੱਚੋਂ ਹਾਰੀ ਆ, ਫੁੱਟ ਪਈ ਆ, ਅਤੇ ਤੁਸੀਂ ਸਟੇਟਾਂ 'ਤੇ ਗਲਤ ਬੋਲਦੇ ਸੀ। ਠੀਕ ਆ, ਸਹੀ ਨਹੀਂ ਸੀ ਪਰਿਹਾਰ ਤੁਹਾਡਾ ਬੋਲਣ ਦਾ, ਅਤੇ ਹੁਣ ਵੀ ਤੁਸੀਂ ਜਦੋਂ 2024 ਇਲੈਕਸ਼ਨ ਨੇੜੇ ਆ ਗਿਆ ਤਾਂ ਇਹ ਕੰਮ ਨਾ ਕਰੋ। ਠੀਕ ਆ, ਅਸੀਂ ਸਿੱਧੂ ਸਾਹਿਬ ਨੂੰ ਇਹ ਮੀਡੀਆ ਰਾਹੀਂ ਪੂਰੀ ਬਠਿੰਡੇ ਦੀ ਕਾਂਗਰਸ ਪਾਰਟੀ ਦੀ ਟੀਮ ਆ ਜਿਹੜੀ ਉਹ ਬੇਨਤੀ ਕਰਦੇ ਹਾਂ ਵੀ ਸਿੱਧੂ ਸਾਹਿਬ ਤੁਸੀਂ ਇਹਨਾਂ ਚੀਜ਼ਾਂ 'ਤੇ ਨਾ ਕਰੋ, ਇਲੈਕਸ਼ਨ ਸਿਰ 'ਤੇ ਆ, ਇਸ ਨਾਲ ਕਾਂਗਰਸ ਦਾ ਨੁਕਸਾਨ ਹੁੰਦਾ, ਵਰਕਰ ਮਾਰਿਆ ਜਾਂਦਾ, ਵਰਕਰ 2 ਥਾਈਂ ਉਲਝ ਜਾਂਦਾ, ਨਾ ਤਾਂ ਜਾਣ ਜੋਗਰਾ ਰਹਿੰਦਾ ਨਾ ਨਾ ਕਾਂਗਰਸ 'ਤੇ ਨਾ ਉਲਟ ਜਾਣ ਜੋਗਰਾ ਰਹਿੰਦਾ, ਕਿਉਂਕਿ ਨੁਕਸਾਨ ਵਰਕਰ ਦਾ ਹੁੰਦਾ। ਠੀਕ ਆ, ਅਸੀਂ ਸਿੱਧੂ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਜਿਹਾ ਕੰਮ ਬੰਦ ਕਰ ਦਿਓ। ਖਾਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਜੋ ਹਰਵਿੰਦਰ ਸਿੰਘ ਲਾਡੀ ਆ, ਜੋ ਸਾਡੇ ਹਲਕਾ ਵਿਚਾਰ ਸੀਗੇ ਬਠਿੰਡਾ ਦਿਹਾਤੀ ਦੇ, 2 ਵਾਰੀ ਚੋਣ ਲੜੇ ਆ, ਅਤੇ ਉਹ ਵੀ ਪਿਛਲੇ 2 ਸਾਲ ਤੋਂ ਹਲਕੇ ਦੇ ਵਿੱਚ ਕੋਈ ਸਰਗਰਮੀ ਨਹੀਂ ਉਹਨਾਂ ਦੀ, ਕਿਸੇ ਵਰਕਰ ਦੇ ਦੁੱਖ ਦੇ ਸੁੱਖ ਦੇ ਕਿਤੇ ਨਹੀਂ ਗਏ। ਠੀਕ ਆ, ਉਹਨਾਂ ਨੂੰ ਵੀ ਜਦੋਂ ਭਾਰਤ ਜੋੜੋ ਯਾਤਰਾ ਜੁਲਾਈ ਦੇ ਵਿੱਚ ਆਈ ਸੀ, ਅਤੇ ਜੁਲਾਈ 2022 ਦੇ ਵਿੱਚ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀਗਾ ਪਾਰਟੀ ਵੱਲੋਂ, ਅਤੇ ਉਹਨਾਂ ਨੇ ਕੋਈ ਆਪਦਾ ਕਾਰਨ ਨਹੀਂ ਦੱਸਿਆ ਵੀ ਅਸੀਂ ਯਾਤਰਾ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ। ਉਸ ਤੋਂ ਬਾਅਦ 24 ਜੁਲਾਈ 2023 ਨੂੰ ਹਰਵਿੰਦਰ ਸਿੰਘ ਲਾਡੀ ਦੀ ਮੁੱਢਲੀ ਮੈਂਬਰਸ਼ਿਪ ਸਾਡੇ ਪ੍ਰਧਾਨ ਜੀ ਦੱਸ ਰਹੇ ਆ ਵੀ ਉਹਨਾਂ ਦੀ ਕੈਂਸਲ ਕਰਤੀ ਸੀ, ਇਹਨਾਂ ਨੂੰ ਪਾਰਟੀ ਵਿੱਚੋਂ ਉਦੋਂ ਕੱਢਿਆ ਗਿਆ ਸੀ, ਇਹ ਪ੍ਰਧਾਨ ਜੀ ਨੇ ਸਾਨੂੰ ਸਾਰੀ ਗੱਲ ਦੱਸੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ। ਅਤੇ ਪਰ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਬਠਿੰਡਾ ਦਿਹਾਤੀ ਦੇ ਵਰਕਰਾਂ ਨੂੰ, ਸਮੁੱਚੀ ਕਾਂਗਰਸ ਦੀ ਟੀਮ ਨੂੰ ਕੋਈ ਪਤਾ ਨਹੀਂ ਵੀ ਇਹ ਰੈਲੀ ਸਿੱਧੂ ਸਾਹਿਬ ਕਾਂਗਰਸ ਵੱਲੋਂ ਕਰ ਰਹੇ, ਇਸ ਨਾਲ ਕਾਂਗਰਸ ਪਾਰਟੀ ਦਾ ਕੋਈ ਸੰਬੰਧ ਨਹੀਂ। ਜੋ ਕੋਟ ਸ਼ਮੀਰ ਰੈਲੀ ਹੋ ਰਹੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਸੰਬੰਧ ਨਹੀਂ, ਨਾ ਜ਼ਿਲ੍ਹਾ ਪ੍ਰਧਾਨ ਨੂੰ ਇਸ ਦੇ ਵਿੱਚ ਭਰੋਸੇ 'ਚ ਲਿਆ ਗਿਆ, ਨਾ ਹਲਕੇ ਦੇ ਨਾ ਹਲਕੇ ਦੀ ਕਿਸੇ ਟੀਮ ਨੂੰ ਭਰੋਸੇ 'ਚ ਲਿਆ ਗਿਆ। ਇਸ ਤੋਂ ਬਾਅਦ ਸਾਡੀ ਭੈਣ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਬੈਠੀ ਹੈ, ਇਹ ਦੱਸੋ ਕੀ ਹੁਣ ਤੁਸੀਂ ਉਹਦਾ ਬਾਈਕਾਟ ਕਰਨਾ ਹੈ? ਸਾਹਮਣੇ ਰੱਖਣ ਦੀ ਬਜਾਏ ਤੁਸੀਂ ਹਾਈਕਮਾਂਡ ਦੇ ਨਾਲ ਗੱਲਬਾਤ ਕੀਤੀ ਹੋਣੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅੱਗੇ ਇਸ ਤਰੀਕੇ ਦੀ ਕਾਰਵਾਈ ਹੋ ਰਹੀ ਹੈ? ਹਾਂਜੀ, ਅਸੀਂ ਹਾਈਕਮਾਂਡ ਨਾਲ ਗੱਲਬਾਤ ਕੀਤੀ ਵੀ ਹੈ ਜੀ। ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਲਾਡੀ ਜੀ ਆਪਣੇ ਇਹਨਾਂ ਨੂੰ ਮੈਂਬਰਸ਼ਿਪ ਰੱਦ ਕਰਤੀ ਸੀਗੀ, ਇਹਨਾਂ ਦੀ ਮੈਂਬਰਸ਼ਿਪ ਤਾਂ ਰੱਦ ਕੀਤੀ ਸੀ ਜੀ,
ਜਦੋਂ ਆਪਣੇ ਭਾਰਤ ਜੋੜੋ ਯਾਤਰਾ ਸੀ, ਰਾਹੁਲ ਜੀ ਦੇ ਸਵਾਗਤ ਲਈ ਅਸੀਂ ਵੱਧ ਚੜ੍ਹ ਕੇ ਆਪਣੇ ਬਠਿੰਡਾ ਦਿਹਾਤੀ 'ਚੋਂ ਯੋਗਦਾਨ ਪਾਇਆ ਸੀ ਸਾਰਿਆਂ ਨੇ, ਅਤੇ ਬੱਸਾਂ ਭਰ ਭਰ ਲੈ ਕੇ ਗਏ ਸੀ, ਅਤੇ ਅਸੀਂ 2-4 ਵਾਰ ਸਾਡੇ ਸੀਨੀਅਰ ਲੀਡਰਸ਼ਿਪ ਉੱਥੇ ਗਈ ਅਤੇ ਲਾਡੀ ਜੀ ਨਾਲ ਵਿਚਾਰ ਵਟਾਂਦਰਾ ਕੀਤਾ, ਅਤੇ ਉਹ ਕਹਿੰਦੇ ਵੀ ਨਹੀਂ, ਮੈਂ ਕਾਂਗਰਸ ਤੋਂ ਦੂਰੀ ਬਣਾ ਚੁੱਕਾ, ਮੈਂ ਨਹੀਂ ਕੰਮ ਕਰਨਾ। ਸੋ ਸਾਡੀ ਹੁਣ ਇਹੀ ਓ ਬੇਨਤੀ ਹੈ ਵੀ ਸਾਡੀ ਗਰੁੱਪਬਾਜ਼ੀ ਨਾ ਤਿਆਰ ਕਰਨ ਹਲਕੇ 'ਚ, ਅਸੀਂ ਸਾਰੇ ਭੈਣ ਭਰਾ ਇੱਕ ਹਾਂ। ਜਿਹੜੇ ਸਾਈਨ ਕਰਵਾਏ ਆ, ਮੈਂ ਉਹਨਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹੁੰਦੀ ਹਾਂ ਵੀ ਸਾਡੇ ਸਰਪੰਚਾਂ ਨਾਲ, ਪੰਚਾਂ ਨਾਲ ਬਹੁਤ ਵਾਰ ਬੰਦਿਆਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ। ਉਹ ਕਹਿੰਦੇ ਕਿ ਸਾਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਗਿਆ ਸੀਗਾ ਵੀ ਕੋਈ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ਼ ਜਾਂ ਕੋਈ ਐਵੇਂ ਦਾ ਕੋਈ ਮਤਾ ਪਾ ਰਹੇ ਹਾਂ। ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕੋਈ ਕੰਮ ਚਲਾਉਣੇ ਅੱਗੇ, ਅਤੇ ਆਪਾਂ ਸਰਪੰਚ ਇਕਜੁੱਟ ਹੋਈਏ। ਅਸੀਂ ਬ੍ਰਦਰ ਇਹ ਗੱਲ ਹਲੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ, ਉਹ ਸਾਰੇ ਹੀ ਹੁਣ ਇਕਜੁੱਟ ਹੈ, ਆਉਣ ਨੂੰ ਤਿਆਰ ਸੀ ਸਾਡੇ ਨਾਲ। ਅਸੀਂ ਆਉਣ ਵਾਲੇ ਟਾਈਮ 'ਚ ਉਹ ਵੀ ਗੱਲਬਾਤ ਕਰਾਂਗੇ। ਅਸੀਂ ਹਾਈਕਮਾਂਡ ਦੇ ਧਿਆਨ 'ਚ ਸਾਰੀ ਗੱਲ ਲਿਆਤੀ ਹੈ। ਜਿਹੜੀ 4 ਆਪਣੇ ਐਮਸੀਆਂ ਦੀ ਕੋਟ ਸ਼ਮੀਰ ਤੋਂ ਉਹਨਾਂ ਨੇ ਸਾਈਨ ਕਰਵਾਏ ਆ ਜੀ, ਉਹ ਪਹਿਲਾਂ ਆਲਰੇਡੀ ਸਾਡੀ ਕਾਂਗਰਸ ਪਾਰਟੀ ਛੱਡ ਚੁੱਕੇ ਆ, ਉਹ ਆਪ 'ਚ ਚਲੇ ਗਏ ਹੈ, ਅਤੇ ਉਹਨਾਂ ਦੇ ਵੀ ਸਾਈਨ ਵਗੈਰਾ ਕਰਵਾਏ ਵੀ ਆ, ਉਹ ਸਾਡੇ ਕੋਲ ਸਾਰੇ ਉਹਨਾਂ ਦੇ ਪੇਪਰ ਤਿਆਰ ਆ ਜਿਹੜੇ ਤੁਹਾਨੂੰ ਦੇ ਕੇ ਜਾਵਾਂਗੇ। ਟੋਟਲ 10 ਸਰਪੰਚੀ ਕਿੰਨੇ ਸਰਪੰਚੀ ਟੋਟਲ ਜਿਹਨਾਂ ਨੇ ਸਾਈਨ ਕੀਤੇ? 10-12 ਸਰਪੰਚ ਹੈਗੇ ਜੀ ਸਾਡੇ, ਤਾਲਮੇਲ 'ਚ ਸਾਡੇ ਵੱਡੇ ਭਰਾ ਹੈ, ਉਹ ਬੜੇ ਰਿਸਪੈਕਟਡ ਹੈ। ਉਹ ਤੁਹਾਡੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ, ਉਹ ਆਏ ਕੋਈ? ਅਸੀਂ ਖੜੇ ਨਹੀਂ, ਅਵਤਾਰ ਸਿੰਘ ਵਰਗੇ ਕੁਛ ਹੋਰ ਵੀ ਹੈ, ਕੁਛ ਭਰਾ ਸਾਡੇ ਬਾਹਰ ਸੀ ਜੀ, ਆਉਣ ਵਾਲੇ ਟਾਈਮ 'ਚ ਜਦੋਂ ਲੋੜ ਹੋਊਗੀ ਅਸੀਂ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਨੂੰ। ਹਾਈ ਕਮਾਂਡ ਕੀ ਐਕਸ਼ਨ ਲੈ ਰਹੀ ਹੈ ਇਸ ਗੱਲ ਨੂੰ ਲੈ ਕੇ? ਹਾਈ ਕਮਾਂਡ ਨੇ ਤਾਂ ਸਾਨੂੰ ਜੀ ਇਹੀ ਦਿਸ਼ਾ ਨਿਰਦੇਸ਼ ਦਿੱਤੇ ਹੈ ਵੀ ਆਪ ਇਕਜੁੱਟ ਹੋ ਕੇ ਰਹੋ ਤੁਸੀਂ, ਕੋਈ ਗੱਲ ਨਹੀਂ, ਅਸੀਂ ਉੱਪਰ ਇਹ ਡਿਸਕਸ ਕਰਦੇ ਹਾਂ, 2-4 ਦਿਨਾਂ 'ਚ ਇਹ ਸੋਲਵ ਆਊਟ ਕਰ ਦਾਂਗੇ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ, ਤੁਸੀਂ ਕਿਸ ਸੰਬੰਧ 'ਚ ਰੱਖੀ, ਉਹਦਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ, ਉਹ ਦੱਸੋ ਸਾਨੂੰ ਪਹਿਲਾਂ। ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਜੀ, ਜਿਹੜੀ ਪ੍ਰਧਾਨ ਜੀ ਤੁਸੀਂ ਦੱਸਣਾ ਸਿੱਧੂ ਸਾਹਿਬ ਨੂੰ ਜੀ, ਅਸੀਂ ਤਾਂ ਸਾਰੇ ਇਕੱਠੇ ਹੋ ਕੇ, ਤੁਸੀਂ ਵੇਖੋ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹੈ ਜੀ, ਹੈ ਨਾ, ਹਰ ਇੱਕ ਧਰਨੇ 'ਚ ਮੇਰੇ ਮੋਦਵਾਰ ਸਰਪੰਚ ਮੈਂਬਰ ਐਮਸੀ ਸਾਰੇ ਪਹੁੰਚਦੇ ਆ ਜੀ, ਵੱਡੀ ਤਦਾਦ 'ਚ ਲੈ ਕੇ ਪਹੁੰਚਦੇ। ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ, ਤਾਂ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ, ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ। ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦਾ, ਨਹੀਂ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ। ਯਾਨੀ ਕਿ ਤੁਸੀਂ ਹੁਣ ਬਾਈਕਾਟ ਕਰਦੇ ਵੀ ਜਿਹੜਾ ਕੱਲ੍ਹ? ਬਿਲਕੁਲ ਜੀ ਬਿਲਕੁਲ, ਉਹ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੀ ਇਹ ਰੈਲੀ ਨਹੀਂ ਗੀ, ਇਹ ਧੰਨਵਾਦ ਰੈਲੀ ਹੈ ਕਿ ਜਿਹੜੀ 500 ਸਾਲਾਂ ਦੇ ਉੱਤੇ ਆਪਣਾ ਕਰਤਾਰਪੁਰ ਵਾਲਾ ਲਾਂਘਾ ਖਲਾਇਆ ਸੀਗਾ ਜਿਹੜਾ, ਉਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਧੰਨਵਾਦ ਕੀਤਾ ਗਿਆ ਸਿੱਧੂ ਦਾ, ਅਤੇ ਜਿਸ ਕਰਕੇ ਇਹ ਰੈਲੀ ਰੱਖੀ ਗਈ ਹੈ। ਵੀਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਹਾਂ ਸਿੱਧੂ ਸਾਹਿਬ ਨੂੰ ਇਹ ਚੀਜ਼, 5 ਸਾਲ ਹੋ ਗਏ ਆਪਣੇ ਲਾਂਘਾ ਖਲਵਾਏ ਨੂੰ, ਉਸ ਟਾਈਮ ਸਿੱਧੂ ਸਾਹਿਬ ਦੀ ਕੋਠੀ ਅਸੀਂ ਜਾਂਦੇ ਸੀ ਜੀ, ਉਸ ਤੋਂ ਬਾਅਦ ਸਾਡੇ ਹਲਕੇ 'ਚ 2 ਵਾਰੀ ਰੈਲੀ ਕਰ ਚੁੱਕੇ ਆ ਸਿੱਧੂ ਸਾਹਿਬ, 2 ਵਾਰ ਆ ਚੁੱਕੇ ਆ, ਤਾਂ ਫਿਰ ਉਦੋਂ ਇਹ ਕਿੱਥੇ ਸੀ ਵੀ ਆਪਣੇ 5 ਸਾਲ ਬਾਅਦ ਇਹ ਚੀਜ਼ ਜ਼ਿਆਦਾ ਹੀ ਹੈ। ਅਸੀਂ ਵੀ ਸਾਡੇ ਲੱਗਦਾ ਹੈਗਾ ਜੀ ਕਿ 2024 ਦੇ ਇਲੈਕਸ਼ਨ ਸਿਰ ਤੇ ਨੇ, ਹਾਂਜੀ, ਤੇ ਕਾਂਗਰਸ ਦੇ ਵਿੱਚ ਜੋ ਕਾਟੋ ਪਲੇਸ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ, ਖਾਸ ਕਰਕੇ ਨਵਜੋਤ ਸਿੱਧੂ ਵਰਸਿਜ ਰਾਜਾ ਵੜਿੰਗ, ਫਿਰ ਉਹਨੂੰ ਲੈ ਕੇ ਤਾਂ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ, ਕਾਂਗਰਸ ਤਾਂ ਵੰਡੀ ਗਈ, ਫਿਰ ਵਰਕਰ ਕੀ ਕਰੂਗਾ? ਬਿਲਕੁਲ ਜੀ, ਅਸੀਂ ਤਾਂ ਸਾਡੀ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਹਾਈਕਮਾਂਡ ਅੱਗੇ ਵੀ ਇਹ ਸੋਲਵ ਜਿਹੜਾ ਕਿ ਮਸਲਾ ਚੱਲ ਰਿਹਾ ਇਹਨੂੰ ਸੋਲਵ ਜਲਦੀ ਕਰਨ ਜੀ। ਵਰਕਰ ਤਾਂ ਇੱਕ ਹੈ, ਲੀਡਰਾਂ ਨੂੰ ਇੱਕ ਹੋਣ ਦੀ ਲੋੜ ਹੈ। ਨਹੀਂ, ਵਰਕਰ ਨੂੰ ਤਾਂ ਵਰਤਿਆ ਜਾ ਰਿਹਾ ਜੀ ਲੀਡਰਾਂ ਨੂੰ। ਤੁਹਾਨੂੰ ਲੱਗਦਾ ਨਹੀਂ ਤੁਹਾਡੇ ਇਸ ਬਿਆਨ ਤੋਂ ਬਾਅਦ ਤੁਹਾਡੀਆਂ ਜਿਹੜਾ ਨੁਕਸਾਨ ਪਾਰਟੀ ਦਾ ਵੀ ਹੋਏਗਾ ਇਸ ਬਿਆਨ ਤੋਂ ਬਾਅਦ, ਅਤੇ ਹੋਰ ਲੋਕਾਂ ਦਾ ਵੀ? ਨਹੀਂ, ਅਸੀਂ ਤਾਂ ਜੀ ਅਪੀਲ ਹੀ ਕਰਦੇ ਹਾਂ ਸਿੱਧੂ ਸਾਹਿਬ ਨੂੰ ਵੀ, ਅਪੀਲ ਹੀ ਕਰਦੇ ਹਾਂ, ਉਹ ਸਾਡੇ ਬੜੇ ਸੀਨੀਅਰ ਲੀਡਰ ਹੈ ਜੀ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ। ਜਿਹੜੇ ਕੱਲ੍ਹ
ਘੱਟੋ ਘੱਟ ਵੀ 3 ਦਰਜਨ ਲੋਕਾਂ ਵੱਲੋਂ ਸਾਈਨ ਕੀਤੇ ਗਏ ਨੇ, ਕੀ ਉਹ ਜਾਲੀ ਨੇ? ਨਹੀਂ, ਜਾਲੀ ਨਹੀਂ ਅਸੀਂ ਕਹਿ ਸਕਦੇ ਜੀ। ਉਹਨਾਂ ਨੂੰ ਜਿਹੜੇ ਸਾਡੇ ਪੁੱਛਣ ਦੇ, ਜੋ ਮੈਂ ਪੁੱਛਿਆ ਜਿਹਨਾਂ ਨਾਲ ਸਰਪੰਚਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਵੀ ਭੈਣ ਜੀ ਸਾਨੂੰ ਇਹਨਾਂ ਨੇ ਇਹ ਨਹੀਂ। ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ।